Hello students, I am Gurshan Singh Brad. Today we will study a poem of 10th class from your first flight book. It is poem number 1, Dust of Snow, written by Robert Frost. This poem which dust da meaning koi dhood nahi hai. Is da matlab hai kise cheez nu chaadna. Ek var poet de upar koi barf chaadda hai. Ta us samay oh kiho je experience mehsoos karde han. Ehi sab is poem vich kavi ne dassya hai. Poem kafi choti hai. There are only 2 stanzas, 4 lines each. We will read the poem, I will discuss the word meanings and I will explain it to you. And we will also discuss the literary devices used in it. The way a crow shook down on me the dust of snow from a hemlock tree. O tang, jis tang naal ki hai, ek kaan e mere upar ki hai. ਇੱਕ ਧੂੜ ਝਾੜ ਦਿੱਤੀ ਕਿਹੜੀ ਧੂੜ ਝਾੜ ਦਿੱਤੀ ਇੱਕ ਹੈਮਲੋਕ ਟ੍ਰੀ ਦੇ ਉੱਤੋਂ ਬਰਫ਼ ਦੀ ਧੂੜ ਝਾੜ ਦਿੱਤੀ ਫਸਟ ਆਫ ਆਲ ਹੈਮਲੋਕ ਟ੍ਰੀ ਇਜ਼ ਅ ਪੋਇਜ਼ਨਸ ਟ੍ਰੀ ਵਿਦ ਵਾਈਟ ਫਲਾਵਰਸ ਔਨ ਇਟ ਹੇਅਰ ਇਜ਼ ਅ ਐਨ ਅਮੇਜ਼ ਆਫ ਹੈਮਲੋਕ ਟ੍ਰੀ ਯੂ ਕੈਨ ਸੀ ਹੇਅਰ ਵਿਚ ਇਜ਼ ਲੈਡਨ ਵਿਦ ਸਨੋ ਇਹ ਕਾਫ਼ੀ ਸਿਮਿਲਰ ਹੈ ਕ੍ਰਿਸਮਸ ਟ੍ਰੀ ਦੇ ਪਰ ਇਸ ਦੀਆਂ ਜੋ ਬ੍ਰਾਂਚਸ ਹੁੰਦੀਆਂ ਹਨ ਉਹ ਕਾਫ਼ੀ ਸ਼ੋਰਟ ਹੁੰਦੀਆਂ ਹਨ ਹੈਮਲੋਕ ਟ੍ਰੀ ਇੱਕ ਪੋਇਜ਼ਨਸ ਟ੍ਰੀ ਹੁੰਦਾ ਹੈ ਇਸ ਲਈ ਇਸ ਨੂੰ ਸੈਡਨੈਸ ਡਾਰਕਨੈਸ ਡਿਸਪੇਅਰ ਯਾਨੀ ਕਿ ਨਿਰਾਸ਼ਾ ਦੇ ਨਾਲ ਵੀ ਕੰਪੇਅਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਕਰੋ ਨੂੰ ਵੀ ਆਪਾਂ ਜਿਵੇਂ ਇੱਕ ਕੀ ਹੈ ਬੈਡ ਓਮਨ ਹੀ ਮੰਨਦੇ ਹਾਂ ਕਲੀਅਰ ਕਰੋ ਨੂੰ ਆਪਾਂ ਕੀ ਮੰਨ ਲੈਂਦੇ ਹਾਂ ਕਿ ਇਹ ਇੱਕ ਬਦਸ਼ਗਨੀ ਦੀ ਨਿਸ਼ਾਨੀ ਆਮ ਤੌਰ 'ਤੇ ਇਸ ਨੂੰ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਵੀ ਜੋ ਸੀਨ ਪੇਸ਼ ਕਰ ਰਿਹਾ ਹੈ ਉਹ ਕੀ ਹੈ ਇੱਕ ਸੈਡਨੈਸ ਦਾ ਸੀਨ ਹੈ ਇਸ ਵਿੱਚ ਕੀ ਹੈ ਸੀਨ ਇਹ ਇੱਕ ਸੈਡਨੈਸ ਦਾ ਸੀਨ ਹੈ ਇਸ ਵਿੱਚ ਉਹ ਕਹਿੰਦੇ ਹਨ ਕਿ ਇੱਕ ਕਰੋ ਜੋ ਕਿ ਇੱਕ ਹੈਮਲੋਕ ਟ੍ਰੀ ਦੇ ਉੱਪਰ ਬੈਠਾ ਸੀ ਕਲੀਅਰ ਕਿੱਥੇ ਬੈਠਾ ਸੀ ਇੱਕ ਹੈਮਲੋਕ ਟ੍ਰੀ ਦੇ ਉੱਤੇ ਬੈਠਾ ਸੀ ਉਸ ਤੋਂ ਜੋ ਉਹ ਬਰਫ਼ ਟ੍ਰੀ ਦੇ ਉੱਪਰ ਪਈ ਹੋਈ ਸੀ ਉਹ ਕਰੋ ਦੀ ਮੂਵਮੈਂਟ ਦੇ ਨਾਲ ਹਿੱਲੀ ਅਤੇ ਹੇਠਾਂ ਖੜ੍ਹੇ ਹੋਏ ਪੋਇਟ ਦੇ ਉੱਪਰ ਡਿੱਗ ਪੈਂਦੀ ਹੈ ਉਹ ਬਰਫ਼ ਜੋ ਹੈ ਕੀ ਹੈ ਹੇਠਾਂ ਖੜ੍ਹੇ ਹੋਏ ਪੋਇਟ ਦੇ ਉੱਪਰ ਡਿੱਗ ਪੈਂਦੀ ਹੈ ਹੁਣ ਉਹ ਕਾਂ ਉੱਥੋਂ ਉੱਡਿਆ ਸੀ ਜਾਂ ਆ ਕੇ ਬੈਠਾ ਸੀ ਇਸ ਤਰ੍ਹਾਂ ਦੀ ਕਾਂ ਦੀ ਮੂਵਮੈਂਟ ਵੀ ਕਿਵੇਂ ਸੀ ਇਸ ਬਾਰੇ ਕੁਝ ਵੀ ਇਸ ਵਿੱਚ ਨਹੀਂ ਦੱਸਿਆ ਗਿਆ ਹੈ ਪਰ ਕਾਂ ਦੀ ਮੂਵਮੈਂਟ ਨਾਲ ਉਹ ਬਰਫ਼ ਸੀ ਜੋ ਝੜ ਕੇ ਪੋਇਟ ਦੇ ਉੱਪਰ ਡਿੱਗੀ ਇਸ ਨਾਲ ਕੀ ਹੋਇਆ ਪੋਇਟ ਦੇ ਉੱਪਰ ਇੱਕ ਅਸਰ ਜਿਹਾ ਹੋਇਆ ਇਹ ਕੀ ਅਸਰ ਹੋਇਆ ਇਹ ਆਪਾਂ ਇਸ ਅਗਲੇ ਸਟੈਂਜੇ ਵਿੱਚ ਪੜ੍ਹਦੇ ਹਾਂ ਅਗਲਾ ਸਟੈਂਜਾ ਪਰ ਪੜ੍ਹਨ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਨੈਕਸਟ ਸਟੈਂਜਾ 'ਤੇ ਆਉਣ ਤੋਂ ਪਹਿਲਾਂ ਆਪਾਂ ਪੋਇਟਿਕ ਡਿਵਾਈਸਿਸ ਇਸ ਵਿੱਚ ਦੇਖ ਲਈਏ ਕਿ ਇਸ ਪੈਸੇਜ ਵਿੱਚ ਪੋਇਟਿਕ ਡਿਵਾਈਸਿਸ ਕੀ ਯੂਜ਼ ਕੀਤੀ ਗਈ ਹੈ ਇਸ ਵਿੱਚ ਜੋ ਪੋਇਟਿਕ ਡਿਵਾਈਸਿਸ ਹੈ ਨਾ ਉਹ ਕੀ ਹੈ ਐਨਜਾਇਮੈਂਟ ਕਲੀਅਰ ਜਦ ਇੱਕ ਸਟੈਂਜਾ ਤੋਂ ਬਾਅਦ ਦੂਸਰਾ ਇੱਕ ਸੈਂਟੈਂਸ ਤੋਂ ਬਾਅਦ ਕੀ ਹੈ ਦੂਸਰਾ ਸੈਂਟੈਂਸ ਸ਼ੁਰੂ ਹੋ ਜਾਂਦਾ ਹੈ ਪਰ ਕੋਈ ਵੀ ਪੰਕਚੂਏਸ਼ਨ ਮਾਰਕ ਯੂਜ਼ ਨਹੀਂ ਕੀਤਾ ਜਾਂਦਾ ਤਾਂ ਪੋਇਟਿਕ ਡਿਵਾਈਸਿਸ ਕੀ ਹੁੰਦੀ ਹੈ ਐਨਜਾਇਮੈਂਟ ਹੁੰਦੀ ਹੈ ਇਸ ਵਿੱਚ ਤੁਸੀਂ ਦੇਖੋ ਪੈਸੇਜ ਵਿੱਚ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕੀ ਹੈ ਫਸਟ ਸਟੈਂਜਾ ਤੋਂ ਬਾਅਦ ਕੀ ਹੈ ਸੈਕਿੰਡ ਫਸਟ ਲਾਈਨ ਤੋਂ ਬਾਅਦ ਕੀ ਹੈ ਫਸਟ ਸੈਂਟੈਂਸ ਤੋਂ ਬਾਅਦ ਸੈਕਿੰਡ ਸੈਂਟੈਂਸ ਆ ਜਾਂਦਾ ਹੈ ਫਿਰ ਥਰਡ ਅਤੇ ਫੋਰਥ ਸੈਂਟੈਂਸ ਹੈ ਪਰ ਇਸ ਵਿੱਚ ਕੀ ਹੈ ਕੋਈ ਵੀ ਪੰਕਚੂਏਸ਼ਨ ਮਾਰਕ ਯੂਜ਼ ਨਹੀਂ ਕੀਤਾ ਗਿਆ ਹੈ ਤਾਂ ਇਸ ਨੂੰ ਕੀ ਕਹਿੰਦੇ ਆ ਪੋਇਟਿਕ ਡਿਵਾਈਸਿਸ ਇਸ ਵਿੱਚ ਫਿਰ ਕੀ ਯੂਜ਼ ਕੀਤੀ ਗਈ ਹੈ ਐਨਜਾਇਮੈਂਟ ਇੱਕ ਹੋਰ ਪੋਇਟਿਕ ਡਿਵਾਈਸ ਯੂਜ਼ ਹੋ ਰਹੀ ਹੈ ਐਸ਼ੋਨੈਂਸ ਉਸ ਨੂੰ ਕਹਾਂਗੇ ਆਪਾਂ ਜੇਕਰ ਕੋਈ ਵੋਵਲ ਸਾਊਂਡ ਰਿਪੀਟ ਹੋ ਰਿਹਾ ਹੈ ਕਲੋਜ਼ਲੀ ਕਨੈਕਟਡ ਵਰਡਸ ਵਿੱਚ ਤਾਂ ਆਪਾਂ ਇਸ ਨੂੰ ਕੀ ਕਹਾਂਗੇ ਪੋਇਟਿਕ ਡਿਵਾਈਸਿਸ ਕੀ ਹੈ ਇਸ ਵਿੱਚ ਐਸ਼ੋਨੈਂਸ ਹੈ ਸੈਕਿੰਡ ਸੈਂਟੈਂਸ ਵਿੱਚ ਤੁਸੀਂ ਦੇਖੋ ਸ਼ੂਕ ਡਾਊਨ ਔਨ ਇਹ ਤੁਸੀਂ ਦੇਖ ਰਹੇ ਹੋ ਸੈਕਿੰਡ ਸੈਂਟੈਂਸ ਕੀ ਇਸ ਵਿੱਚ ਸ਼ੂਕ ਡਾਊਨ ਔਨ ਇਹਨਾਂ ਤਿੰਨਾਂ ਵਰਡਸ ਦੇ ਵਿੱਚ ਉਹ ਸਾਊਂਡ ਬਹੁਤ ਪ੍ਰੋਮੀਨੈਂਟ ਹੈ ਇਹ ਦੇਖੋ ਉਹ ਸਾਊਂਡ ਹੈ ਜੋ ਕੀ ਹੈ ਤਿੰਨਾਂ ਵਰਡਸ ਦੇ ਵਿੱਚ ਕੀ ਹੈ ਬਹੁਤ ਪ੍ਰੋਮੀਨੈਂਟ ਹੈ ਤਾਂ ਇੱਥੇ ਪੋਇਟਿਕ ਡਿਵਾਈਸ ਕੀ ਹੈ ਇਹ ਐਸ਼ੋਨੈਂਸ ਕਲੀਅਰ ਹੁਣ ਆਪਾਂ ਸੈਕਿੰਡ ਸਟੈਂਜਾ ਕਰਦੇ ਹਾਂ ਹੈਜ਼ ਗਿਵਨ ਮਾਈ ਹਰਟ ਅ ਚੇਂਜ ਆਫ ਮੂਡ ਐਂਡ ਸੇਵਡ ਸਮ ਪਾਰਟ ਆਫ ਅ ਡੇ ਆਈ ਹੈਡ ਰਿਊਡ ਕੁਝ ਮੇਰੇ ਦਿਨ ਦਾ ਹਿੱਸਾ ਬਚਾ ਲਿਆ ਇਸ ਗੱਲ ਨੇ ਜੋ ਇਹ ਘਟਨਾ ਹੋਈ ਮੇਰੇ ਦਿਨ ਦਾ ਕੁਝ ਹਿੱਸਾ ਬਚਾ ਲਿਆ ਪੋਇਟ ਕਹਿ ਰਿਹਾ ਕਿ ਬਾਕੀ ਦਿਨ ਸਾਰਾ ਹੀ ਉਸਨੇ ਕੀ ਕਰ ਦਿੱਤਾ ਸੀ ਪੋਇਟ ਦਾ ਮੂਡ ਕੀ ਹੈ ਖਰਾਬ ਰਿਹਾ ਸੀ ਸਾਰਾ ਦਿਨ ਪਰ ਇਹ ਕੁਝ ਸਮਾਂ ਜੋ ਦਿਨ ਵਿੱਚ ਆਇਆ ਉਸਦੇ ਦਿਨ ਦਾ ਕੁਝ ਹਿੱਸਾ ਬਚ ਗਿਆ ਰਿਊਡ ਮੀਨਸ ਜਦ ਤੁਸੀਂ ਸੌਰੀ ਫੀਲ ਕਰਦੇ ਹੋ ਕਲੀਅਰ ਉਦਾਸ ਹੁੰਦੇ ਹੋ ਤੁਸੀਂ ਕੀ ਹੈ ਸੌਰੀ ਫੀਲ ਕਰਦੇ ਹੋ ਰਿਊਡ ਮੀਨਸ ਹੈਲਡ ਇਨ ਰਿਗਰੈਟ
ਕਲੀਅਰ, ਕਿਸੇ ਚੀਜ਼ ਬਾਰੇ ਪਛਤਾਵਾ ਫੀਲ ਹੁੰਦਾ ਹੈ ਜਦੋਂ ਸਾਨੂੰ, ਤਾਂ ਰਿਊਡ ਹੁੰਦੀ ਹੈ ਆਪਣੀ ਜੋ ਸਥਿਤੀ ਹੁੰਦੀ ਹੈ। ਹੁਣ ਜਦ ਕਰੋ ਉਸ ਟ੍ਰੀ ਦੀ ਬ੍ਰਾਂਚ ਤੋਂ ਉੱਡਦਾ ਹੈ ਤਾਂ ਉਸ ਉੱਪਰ ਕੀ ਆ, ਥੋੜ੍ਹੀ ਜਿਹੀ ਕੀ ਆ, ਬਰਫ਼ ਡਿੱਗ ਪੈਂਦੀ ਹੈ। ਕਿਸ ਉੱਪਰ? ਪੋਇਟ ਦੇ ਉੱਪਰ। ਤਾਂ ਕਵੀ 'ਤੇ ਕੀ ਅਸਰ ਹੁੰਦਾ ਹੈ ਕਿ ਉਸਦਾ ਮੂਡ ਚੇਂਜ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਉਸਦਾ ਮੂਡ ਕੀ ਸੀ, ਉਦਾਸ ਸੀ, ਅਤੇ ਹੁਣ ਉਸਦੇ ਮੂਡ ਵਿੱਚ ਕੀ ਇਹੋ ਜਿਹਾ ਚੇਂਜ ਆਉਂਦਾ ਹੈ ਕਿ ਉਹ ਖੁਸ਼ ਹੋ ਜਾਂਦਾ ਹੈ। ਹੁਣ ਇਸ ਪੋਇਮ ਵਿੱਚ ਪੋਇਟ ਦੱਸਣਾ ਚਾਹੁੰਦੇ ਹਨ ਕਿ ਇੱਕ ਸੈਡ ਜਾਂ ਸੈਡ ਜਿਹਾ ਦ੍ਰਿਸ਼ ਸੀਗਾ। ਪੋਇਜ਼ਨਸ ਟ੍ਰੀ ਹੈ, ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਹੈਮਲੋਕ ਟ੍ਰੀ ਨੂੰ ਕੀ ਕਿਹਾ, ਇੱਕ ਪੋਇਜ਼ਨਸ ਟ੍ਰੀ ਹੈ। ਕਾਂ ਬੈਠਾ ਸੀ ਉਸ ਉੱਪਰ, ਜੋ ਕਿ ਇੱਕ ਬਦਸ਼ਗਨੀ ਦੀ ਹੀ ਨਿਸ਼ਾਨੀ ਹੈ। ਕਲੀਅਰ, ਆਪਾਂ ਕਾਂ ਨੂੰ ਬਦਸ਼ਗਨੀ ਹੀ ਮੰਨਦੇ ਹਾਂ, ਆਮ ਤੌਰ 'ਤੇ ਮੰਨਿਆ ਜਾਂਦਾ ਹੈ। ਅਤੇ ਇਸੇ ਹੀ ਸਮੇਂ ਕੁਝ ਅਜਿਹਾ ਹੋਇਆ ਕਿ ਸਾਰੀ ਸਿਚੁਏਸ਼ਨ ਹੀ ਚੇਂਜ ਹੋ ਗਈ। ਕਵੀ ਦਾ ਸੈਡ ਮੂਡ ਸੀ ਜੋ ਹੈਪੀ ਹੋ ਗਿਆ। ਕਵੀ ਕਹਿਣਾ ਚਾਹੁੰਦੇ ਹਨ ਕਿ ਸਾਨੂੰ ਕਿਸੇ ਵੀ ਚੀਜ਼ ਨੂੰ ਫੋਰ ਗ੍ਰਾਂਟਡ ਨਹੀਂ ਲੈਣਾ ਚਾਹੀਦਾ। ਇਹ ਨਹੀਂ ਸੋਚਣਾ ਚਾਹੀਦਾ ਕਿ ਜੇਕਰ ਬੁਰਾ ਸਮਾਂ ਹੈ ਤਾਂ ਉਹ ਸਦਾ ਹੀ ਰਹੇਗਾ। ਕਈ ਵਾਰ ਬੁਰੀਆਂ ਚੀਜ਼ਾਂ ਵੀ ਸਾਡੇ ਲਈ ਚੰਗੀਆਂ ਬਣ ਜਾਂਦੀਆਂ ਹਨ। ਸੋ ਵੀ ਸ਼ੁੱਡ ਆਲਵੇਜ਼ ਹੈਵ ਅ ਪੋਜ਼ਿਟਿਵ ਵੇ ਆਫ ਲਾਈਫ। ਕਲੀਅਰ, ਸਾਨੂੰ ਕਦੇ ਵੀ ਕੀ ਹੈ ਆਪਣੇ ਜੀਵਨ ਵਿੱਚ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਹ ਗੱਲਾਂ ਇਸ ਪੋਇਮ ਦੇ ਵਿੱਚ ਸਾਰੀਆਂ ਸਮਝਾਈਆਂ ਗਈਆਂ ਹਨ। ਹੁਣ ਦੇਖੋ, ਪੋਇਟ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਇੱਕ ਕਾਂ ਨੇ ਉਹਨਾਂ ਉੱਪਰ ਬਰਫ਼ ਸੁੱਟੀ ਅਤੇ ਉਹ ਦੁਖੀ ਮੂਡ ਤੋਂ ਕੀ ਹੋ ਗਏ, ਉਹਨਾਂ ਦਾ ਮੂਡ ਹੀ ਬਦਲ ਗਿਆ, ਉਹ ਖੁਸ਼ ਹੋ ਗਏ। ਇਸ ਤਰ੍ਹਾਂ ਸਟੈਂਜਾ ਵਿੱਚ ਕੀ ਹੈ, ਪੋਇਟਿਕ ਡਿਵਾਈਸ ਐਂਜਾਇਮੈਂਟ ਹੀ ਇਸ ਵਿੱਚ ਵੀ ਯੂਜ਼ ਕੀਤੀ ਗਈ ਹੈ, ਕਿਉਂਕਿ ਬਿਨਾਂ ਕਿਸੇ ਪੰਕਚੁਏਸ਼ਨ ਮਾਰਕਸ ਤੋਂ, ਜਿਵੇਂ ਤੁਸੀਂ ਦੇਖ ਰਹੇ ਹੋ, ਕੋਈ ਪੰਕਚੁਏਸ਼ਨ ਮਾਰਕ ਯੂਜ਼ ਨਹੀਂ ਕੀਤਾ ਗਿਆ। ਇੱਕ ਸੈਂਟੈਂਸ ਤੋਂ ਬਾਅਦ ਦੂਸਰਾ ਸੈਂਟੈਂਸ ਸ਼ੁਰੂ ਹੋ ਜਾਂਦਾ ਹੈ, ਅਤੇ ਜੋ ਇਹ 4 ਸੈਂਟੈਂਸ ਦਿੱਤੇ ਹਨ ਵਿਦਆਊਟ ਕਿਸੇ ਪੰਕਚੁਏਸ਼ਨ ਮਾਰਕਸ ਤੋਂ ਹਨ, ਤਾਂ ਇਸ ਨੂੰ ਕੀ ਕਹਿੰਦੇ ਹਨ ਆਪਾਂ, ਪੋਇਟਿਕ ਡਿਵਾਈਸ ਕੀ ਹੈ ਇਸ ਵਿੱਚ, ਐਂਜਾਇਮੈਂਟ ਹੈ। ਇੱਕ ਸੈਕਿੰਡ ਪੋਇਟਿਕ ਡਿਵਾਈਸ ਵੀ ਇਸ ਵਿੱਚ ਦਿੱਤੀ ਗਈ ਹੈ, ਐਲੀਟਰੇਸ਼ਨ। ਸੈਕਿੰਡ ਪੋਇਟਿਕ ਡਿਵਾਈਸ ਇਸ ਵਿੱਚ ਆਪਾਂ ਨੂੰ ਕੀ ਦਿਖ ਰਹੀ ਹੈ, ਐਲੀਟਰੇਸ਼ਨ, ਕਿਉਂਕਿ ਜਦ ਸੇਮ ਕੰਸੋਨੈਂਟ ਸਾਊਂਡ ਵਾਲੇ ਵਰਡਸ ਹੁੰਦੇ ਹਨ ਨਾ, ਕਲੋਜ਼ਲੀ ਕਨੈਕਟਡ ਹੁੰਦੇ ਹਨ, ਤਾਂ ਪੋਇਟਿਕ ਡਿਵਾਈਸ ਕੀ ਹੁੰਦੀ ਹੈ, ਐਲੀਟਰੇਸ਼ਨ। ਜਿਵੇਂ ਫਸਟ ਲਾਈਨ ਵਿੱਚ ਹੈਜ਼ ਅਤੇ ਹਰਟ ਤੁਸੀਂ ਦੇਖ ਰਹੇ ਹੋ, ਕਲੀਅਰ, ਹੈਜ਼ ਅਤੇ ਹਰਟ ਜੋ ਦੋ ਵਰਡ ਦਿੱਤੇ ਗਏ ਹਨ ਫਸਟ ਲਾਈਨ ਵਿੱਚ, ਇਸ ਵਿੱਚ ਕੀ ਹੈ, ਹ ਸਾਊਂਡ ਰਿਪੀਟ ਹੋ ਰਹੀ ਹੈ। ਕਲੀਅਰ, ਹੈਜ਼ ਅਤੇ ਹਰਟ ਦੇ ਵਿੱਚ ਕਿਹੜੀ ਸਾਊਂਡ ਰਿਪੀਟ ਹੋ ਰਹੀ ਹੈ, ਹ ਸਾਊਂਡ ਰਿਪੀਟ ਹੋ ਰਹੀ ਹੈ। ਕਲੀਅਰ, ਅੱਗੇ ਦੇਖੋ, ਸੇਵਡ ਅਤੇ ਜੋ ਸਮ ਹੈ, ਸੇਵਡ ਦਿੱਤਾ ਹੋਇਆ ਹੈ, ਸਮ ਦਿੱਤਾ ਹੋਇਆ ਹੈ, ਤਾਂ ਇਸ ਵਿੱਚ ਕੀ ਹੈ, ਸ ਸਾਊਂਡ ਰਿਪੀਟ ਹੋ ਰਹੀ ਹੈ। ਇੱਥੇ ਵੀ ਪੋਇਟਿਕ ਐਡਵਾਈਸ ਕੀ ਹੈ, ਐਲੀਟਰੇਸ਼ਨ ਹੈ। ਕੀ ਸੀ, ਜਦ ਇਹ ਕੀ ਹੋਵੇ, ਸੇਮ ਕੰਸੋਨੈਂਟ ਸਾਊਂਡ ਵਾਲੇ ਵਰਡਸ ਕਲੋਜ਼ਲੀ ਕਨੈਕਟਡ ਹੋਣ, ਸੇਮ ਕੰਸੋਨੈਂਟ ਸਾਊਂਡ ਵਾਲੇ ਜੋ ਵਰਡਸ ਹਨ ਨਾ, ਉਹ ਕੀ ਹੈ, ਕਲੋਜ਼ਲੀ ਕਨੈਕਟਡ ਹੋਣ, ਤਾਂ ਪੋਇਟਿਕ ਐਡਵਾਈਸ ਕੀ ਹੁੰਦੀ ਹੈ, ਐਲੀਟਰੇਸ਼ਨ। ਅੱਗੇ ਇੱਕ ਤੁਸੀਂ ਇਹ ਦੇਖੋ, ਲਾਸਟ ਲਾਈਨ ਵਿੱਚ ਪੋਇਟਿਕ ਐਡਵਾਈਸ ਕੀ ਹੈ, ਕੰਸੋਨੈਂਸ, ਕਿਉਂਕਿ ਕੰਸੋਨੈਂਟ ਸਾਊਂਡ ਤਾਂ ਰਿਪੀਟ ਹੋ ਰਹੀ ਹੈ। ਜਿਵੇਂ ਇਹ ਵੇਖੋ ਤੁਸੀਂ, ਡੇ, ਡੇ ਦੇ ਵਿੱਚ ਡ, ਹੈਡ ਦੇ ਵਿੱਚ ਡ, ਕਲੀਅਰ, ਅਤੇ ਰਿਊਡ ਦੇ ਵਿੱਚ ਵੀ ਕੀ ਹੈ, ਡ ਸਾਊਂਡ ਰਿਪੀਟ ਹੋ ਰਹੀ ਹੈ। ਪਰ ਇਹ ਜੋ ਡ ਸਾਊਂਡ ਰਿਪੀਟ ਹੋ ਰਹੀ ਹੈ, ਕਿਸੇ ਵਿੱਚ ਕੀ ਇਹ ਅੱਗੇ ਹੈ, ਕਿਸੇ ਵਿੱਚ ਪਿੱਛੇ ਹੈ, ਜਾਂ ਕਿਸੇ ਵਿੱਚ ਵਿਚਾਲੇ ਵੀ ਆ ਜਾਵੇ, ਤਾਂ ਇਸ ਨੂੰ ਆਪਾਂ ਕੀ ਕਹਿੰਦੇ ਹਾਂ, ਇੱਕ ਕੰਸੋਨੈਂਟ ਸਾਊਂਡ ਤਾਂ ਰਿਪੀਟ ਹੋ ਰਹੀ ਹੈ, ਪਰ ਕਿਸੇ ਵਿੱਚ ਐਂਡ ਵਿੱਚ ਹੈ, ਕਿਸੇ ਵਿੱਚ ਸਟਾਰਟ ਵਿੱਚ ਹੈ, ਕਿਸੇ ਵਿੱਚ ਮਿਡਲ ਵਿੱਚ ਹੈ, ਤਾਂ ਇਹਨੂੰ ਕੀ ਕਹਾਂਗੇ, ਰਿਪੀਟ ਹੋ ਰਹੀ ਹੈ ਸਾਊਂਡ, ਤਾਂ ਪੋਇਟਿਕ ਡਿਵਾਈਸ ਕੀ ਹੁੰਦੀ ਹੈ ਇਸ ਵਿੱਚ, ਕੰਸੋਨੈਂਸ ਹੁੰਦੀ ਹੈ। ਕਲੀਅਰ, ਜੇਕਰ ਕਲੋਜ਼ਲੀ ਕਨੈਕਟਡ ਵਰਡਸ ਹੋਣ ਤਾਂ ਪੋਇਟਿਕ ਡਿਵਾਈਸ ਕੀ ਹੈ, ਐਲੀਟਰੇਸ਼ਨ, ਪਰ ਜੇਕਰ ਕੰਸੋਨੈਂਟ ਸਾਊਂਡ ਤਾਂ ਰਿਪੀਟ ਹੋ ਰਹੀ ਹੈ, ਪਰ ਕਿਸੇ ਵਿੱਚ ਕਿਸੇ ਵਰਡ ਦੇ ਵਿੱਚ ਅੱਗੇ ਹੋ ਰਹੀ ਹੈ, ਕਿਸੇ ਵਿੱਚ ਪਿੱਛੇ ਹੋ ਰਹੀ ਹੈ, ਤਾਂ ਉਹਨਾਂ ਨੂੰ ਆਪਾਂ ਕੀ ਕਹਾਂਗੇ, ਆਪਾਂ ਪੋਇਟਿਕ ਡਿਵਾਈਸ ਕੀ ਹੋ ਜਾਂਦੀ ਹੈ, ਉਹ ਕੰਸੋਨੈਂਸ। ਕਲੀਅਰ, ਆਈ ਹੋਪ ਯੂ ਹੈਵ ਅੰਡਰਸਟੂਡ ਦਾ ਪੋਇਮ ਐਂਡ ਦ ਲਿਟਰੇਰੀ ਡਿਵਾਈਸਿਸ ਦੈਟ ਆਈ ਹੈਵ ਯੂਜ਼ਡ ਇਨ ਇਟ। ਇਟ ਵਾਜ਼ ਅ ਵੈਰੀ ਸਿੰਪਲ ਪੋਇਮ ਐਂਡ ਆਈ ਹੋਪ ਯੂ ਹੈਵ ਵੈਰੀ ਵੈਲ ਅੰਡਰਸਟੂਡ ਇਟ। ਥੈਂਕ ਯੂ ਫਾਰ ਮੋਰ ਵੀਡੀਓ, ਸਬਸਕ੍ਰਾਈਬ ਟੂ ਮਾਈ ਚੈਨਲ। ਥੈਂਕਸ।